ਪਹਿਲਾਂ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਅਤੇ ਹੁਣ ਅਚਾਨਕ ਸੁੱਤੇ ਪਿਆਂ ਨੂੰ ਫੋਨ ਆ ਗਿਆ ਅਤੇ ਸੰਗਤਾਂ ਚੱਲੀਆਂ ਨੇ ਹੇਮਕੁੰਡ ਸਾਹਿਬ ਦੇ ਦਰਸ਼ਨਾਂ ਲਈ ਅਤੇ ਉਹਨਾਂ ਦੀ ਟ੍ਰੇਨ ਵਗੈਰਾ ਮਿਸ ਹੋ ਗਈ। ਰਾਤ ਨੂੰ ਫਿਰ ਹੁਣ ਮੈਨੂੰ ਕਾਲ ਕਰੀਏ ਅਤੇ ਮੈਂ ਚੱਲਿਆ ਹੁਣ ਉਹਨਾਂ ਨੂੰ ਲੈ ਕੇ ਹੇਮਕੁੰਡ ਸਾਹਿਬ। ਅਤੇ ਉਹ ਖੜ੍ਹੇ ਨੇ ਧੂਰੀ ਰੇਲਵੇ ਸਟੇਸ਼ਨ ਅਤੇ ਚਲੋ ਆਪਾਂ ਉਹਨਾਂ ਨੂੰ ਚੱਕਦੇ ਹਾਂ ਅਤੇ ਅੱਗੇ ਮਹਾਰਾਜ ਦਰਸ਼ਨਾਂ ਲਈ ਚੱਲਦੇ ਹਾਂ ਹੇਮਕੁੰਡ ਸਾਹਿਬ। ਪਰ ਭਰੋ ਪਾਣੀ ਫਿਰ ਚੱਲੀ ਆਪਾਂ ਹੁਣ ਧੂਰੀ ਤੋਂ, ਹੈ ਨਾ? ਕਿਵੇਂ ਫਸ ਗਏ ਤੁਸੀਂ ਧੂਰੀ? ਟ੍ਰੇਨ ਦਾ ਚੱਕਰ ਪੈ ਗਿਆ ਜੀ, ਭੀੜ ਵਾਲੀ ਸੀ ਟ੍ਰੇਨ ਤੇ। ਅੱਛਾ ਅੱਛਾ, ਹੇਮਕੁੰਡ ਸਾਹਿਬ ਜਾਣ ਵਾਸਤੇ ਯਾਤਰਾ ਸ਼ੁਰੂ। ਤੇ ਪਹਿਲਾ ਪੜਾਅ ਹੈਗਾ ਜੀ ਸਾਡਾ ਪਾਉਂਟਾ ਸਾਹਿਬ। ਪਾਉਂਟਾ ਸਾਹਿਬ ਜਾਵਾਂਗੇ, ਦਰਸ਼ਨ ਕਰਾਂਗੇ ਤੇ ਉਸ ਤੋਂ ਬਾਅਦ ਜਾਵਾਂਗੇ ਰਿਸ਼ੀਕੇਸ਼। ਰਿਸ਼ੀਕੇਸ਼ ਤੋਂ ਬਾਅਦ ਜਾਵਾਂਗੇ ਸ਼੍ਰੀਨਗਰ ਗੁਰਦੁਆਰਾ ਸਾਹਿਬ ਅਤੇ ਉੱਥੇ ਦਰਸ਼ਨ ਕਰਕੇ ਅਤੇ ਰਾਤ ਰਹਾਂਗੇ ਸ਼੍ਰੀਨਗਰ, ਉਸ ਤੋਂ ਬਾਅਦ ਚੱਲਾਂਗੇ ਜੀ। ਦੇਖੋ ਜੀ, ਗੁਰੂ ਘਰ ਪਾਉਂਟਾ ਸਾਹਿਬ ਪਹੁੰਚ ਚੁੱਕੇ ਹਾਂ। ਕਿਆ ਖੂਬਸੂਰਤ ਨਜ਼ਾਰਾ! ਸੱਚਖੰਡ ਵਸੈ ਨਿਰੰਕਾਰ ਗੁਰਦੁਆਰਾ ਬਸਤੀ ਸਿੰਘ ਪਾਉਂਟਾ ਸਾਹਿਬ ਪਾਤਸ਼ਾਹੀ ਦਸਵੀਂ। ਗੁਰੂ ਘਰ ਪਾਉਂਟਾ ਸਾਹਿਬ ਪਾਤਸ਼ਾਹੀ ਦਸ਼ਮੀ। ਅਸੀਂ ਹੁਣ ਹੇਮਕੁੰਡ ਸਾਹਿਬ ਜਾ ਰਹੇ ਹਾਂ ਅਤੇ ਰਸਤੇ ਦਾ ਪੜਾਅ ਗੁਰਦੁਆਰਾ ਪਾਉਂਟਾ ਸਾਹਿਬ ਪਹੁੰਚ ਚੁੱਕੇ ਹਾਂ ਅਤੇ ਉਰੇ ਦਰਸ਼ਨ ਕਰਕੇ ਮੱਥਾ ਟੇਕ ਕੇ ਇਸ਼ਨਾਨ ਕਰਕੇ ਫਿਰ ਵੱਧਦੇ ਹਾਂ ਅੱਗੇ। ਵਾਹਿਗੁਰੂ! ਪਾਉਂਟਾ ਸਾਹਿਬ ਦਾ ਦਰਬਾਰ ਗੁਰਦੁਆਰਾ ਸਾਹਿਬ, ਪਾਉਂਟਾ ਸਾਹਿਬ ਦਰਬਾਰ ਦੇਖੋ ਸਜਿਆ ਹੋਇਆ। ਵਾਹਿਗੁਰੂ ਨਾਮ ਦਾ ਜਪ ਹੋ ਰਿਹਾ। ਇਹ ਉਹ ਕਲਮਾਂ ਨੇ ਜਿਸ ਦੇ ਨਾਲ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਜੀ ਨੇ ਬਾਣੀ ਲਿਖੀ, ਜਾਪ ਸਾਹਿਬ ਅਤੇ ਹੋਰ ਬਾਣੀਆਂ ਅਤੇ ਦਰਬਾਰ ਸਾਹਿਬ ਦੇ ਵਿੱਚ ਇਹ ਕਲਮਾਂ ਹੁਣ ਵੀ ਮੌਜੂਦ ਨੇ। ਇੱਥੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਦਸਮ ਗ੍ਰੰਥ ਦੀ ਬਹੁਤ ਸਾਰੀ ਬਾਣੀ ਜਿਵੇਂ ਸ਼੍ਰੀ ਜਾਪ ਸਾਹਿਬ, ਅਕਾਲ ਉਸਤਤ, ਚੰਡੀ ਦੀ ਵਾਰ ਅਤੇ ਵਿਚਿੱਤਰ ਨਾਟਕ ਦੇ ਬਹੁਤ ਸਾਰੇ ਹਿੱਸੇ ਦੀ ਰਚਨਾ ਕੀਤੀ, ਜਿਹੜੀਆਂ ਕਲਮਾਂ ਗੁਰੂ ਕਲਗੀਧਰ ਪਾਤਸ਼ਾਹ ਨੇ ਬਣਾਈਆਂ ਲਿਖਤ ਲਈ ਵਰਤੀਆਂ ਸਨ, ਉਹ ਕਲਮਾਂ ਅੱਜ ਵੀ ਦਰਬਾਰ ਸਾਹਿਬ ਸ਼੍ਰੀ ਪਾਉਂਟਾ ਸਾਹਿਬ ਵਿਖੇ ਮੌਜੂਦ ਹਨ। ਪੁਰਾਤਨ ਸਾਹਿਤ ਦੇ ਅਨੁਸਾਰ ਅਤੇ ਹੋਰ ਗਿਆਨ ਭਰੀਆਂ ਲਿਖਤ ਨੂੰ ਸੌਖੀ ਭਾਸ਼ਾ ਵਿੱਚ ਬਦਲਣ ਦਾ ਕੰਮ ਵੀ ਲਿਖਾਰੀਆਂ ਤੋਂ ਕਰਵਾਇਆ। ਸ਼੍ਰੀ ਪਾਉਂਟਾ ਸਾਹਿਬ ਤੋਂ ਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਸਿੱਖਾਂ ਨੂੰ ਬਨਾਰਸ ਕਾਸ਼ੀ ਸੰਸਕ੍ਰਿਤ ਦੀ ਉੱਚ ਵਿੱਦਿਆ ਹਾਸਲ ਕਰਨ ਲਈ ਭੇਜਿਆ ਤਾਂ ਜੋ
विद्या हासिल करके बनारस तो आके सिखा नू विद्या विच निपुण करन जो हुण निर्मल सिंह हन। साहिब श्री गुरु गोबिंद सिंह जी ने भविख विच होण वाले सारे कारजां दी ब्यौतबंदी भी इसे स्थान श्री पौंटा साहब ते कीती, जिवें कि खालसा पंथ दी साजना आदि कारज इस पवित्र स्थान ते ही श्री गुरु गोबिंद सिंह जी महाराज ने अते माता सुंदरी जी दे ग्रह विखे साहबजादा बाबा जी सिंह जी का जन्म होया। इस लई इस पवित्र दरबार नूं जन्म स्थान बाबा जी सिंह जी भी कहा जाता है। दोस्तों ये पौंटा साहब का वो स्थान है जिथे गुरु जी आप बैठ के कुदरत के नज़ारे लिया करते सन, दस्तार सजाया करते सन, दस्तार सजाने के सुंदर दस्तार सजाने के मुकाबले भी कराया करते सन। जिहड़ा सुंदर दस्तार सजाता सी उन्हां नूं इनाम वगैरह भी गुरु जी दिंदे सन। स्थान दे नाल जमुना नदी लंघ रही है ते जिहड़ा पाओ सामने पुल देख रहे हैं जमुना दा, ते इधरली साइड हिमाचल है ते जदों दूसरी साइड जावांगे ते ओ साइड उत्तराखंड है। ते देखो कहिंदे भी जिन्ना मर्जी हड़ा आ जाए, जिन्ना मर्जी नहर चढ़ के नदी चढ़ के आ जाए, पर यह सारा शांत इलाका इत्थे कहिंदे बिल्कुल भी ज़्यादा पानी नहीं चढ़ता ते कोई नुकसान नहीं हुंदा। दोस्तों इत्थे ही वीडियो दा करदे एंड, जे तुहानूं साडी वीडियो वधिया लगी तां शेयर ते लाइक सबसक्राइब जरूर कर लिओ। धन्नवाद जी।